ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਜੀ ਉਹ ਮਿਨਰਲ ਨੂੰ ਲੈ ਕੇ ਆ ਜੀ ਖਣਿਜ ਪਦਾਰਥਾਂ ਨੂੰ ਲੈ ਕੇ ਆ ਜੀ ਇਹ ਹੈਗਾ ਜੀ ਪੀਐਸਟ ਦੇ ਨਾਲ ਸੰਬੰਧਿਤ ਜਿਹੜਾ ਟੌਪਿਕ ਹੈ ਜੀ ਤੁਹਾਡਾ ਐਸਐਸਟੀ ਸਬਜੈਕਟ ਦਾ ਸਬਸਬਜੈਕਟ ਜੀਓਗ੍ਰਾਫੀ ਹੈ ਉਹਦੇ ਨਾਲ ਸੰਬੰਧਿਤ ਇਹ ਜਿਹੜਾ ਟੌਪਿਕ ਹੈ ਜੀ ਖਣਿਜ ਪਦਾਰਥ ਮਿਨਰਲਸ ਸੋ ਇਹਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਤੇ ਪਲੇਲਿਸਟ ਆਪਣੀਆਂ ਲੱਗਤੋਂ ਬਣੀਆਂ ਹੋਈਆਂ ਐੱਸਐੱਸਟੀ ਸਬਜੈਕਟ ਦੇ ਨਾਲ ਸੰਬੰਧਿਤ ਤਾਂ ਉਹਨੂੰ ਤੁਸੀਂ ਜ਼ਰੂਰ ਜਿਹੜਾ ਦੇਖ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਏ ਵਾਲੇ ਜਿਹੜੇ ਆਪਣੀ ਨੋਟਸ ਹੈ ਜੀ ਆਪਣਾ ਟੌਪਿਕ ਸੋ ਜੋ ਚੀਜ਼ਾਂ ਸਾਡੀ ਧਰਤੀ ਵਿੱਚੋਂ ਖਾਣਾਂ ਨੂੰ ਪੁੱਟ ਕੇ ਅਸੀਂ ਕੱਢਦੇ ਹਾਂ ਜਿਵੇਂ ਲੋਹਾ ਕੋਲਾ ਸੋਨਾ ਐਕਸਟਰਾ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਖਣਿਜ ਪਦਾਰਥ ਕਿਹਾ ਜਾਂਦਾ ਜੋ ਚੀਜ਼ਾਂ ਸਾਡੀ ਧਰਤੀ ਵਿੱਚੋਂ ਖਾਨਾਂ ਨੂੰ ਪੁੱਟ ਗਿਆ ਸੀ ਜੋ ਵੀ ਕੱਢਦੇ ਆ ਜੀ ਠੀਕ ਹੈ ਲੋਹਾ ਹੋ ਗਿਆ ਸੋਨਾ ਹੋ ਗਿਆ ਕੋਲਾ ਹੋ ਗਿਆ ਸਾਰੀਆਂ ਕੀ ਨੇ ਜੀ ਮਿਨਰਲਸ ਨੇ ਠੀਕ ਹੈ ਖਣਿਜ ਪਦਾਰਥ ਨੇ ਨੈਕਸਟ ਹੈ ਜੀ ਮਿਨਰਲਸ ਦੀਆਂ ਕੁਝ ਟਾਈਪਸ ਹੁੰਦੀਆਂ ਨੇ ਖਣਿਜ ਪਦਾਰਥਾਂ ਦੀਆਂ ਟਾਈਪਸ ਨੇ ਫਰਸਟ ਹੈ ਜੀ ਤਾਤੂ ਖਣਿਜ ਹੁੰਦੇ ਨੇ ਇੱਕ ਆ ਤਾਤੂ ਖਣਿਜ ਹੁੰਦੇ ਆ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ ਨਾਲ ਜਿਹੜੇ ਸਟੂਡੈਂਟਸ ਇੰਗਲਿਸ਼ ਮੀਡੀਅਮ ਵਾਲੇ ਨੇ ਉਹਨਾਂ ਲਈ ਵੀ ਲਿਖਿਆ ਹੋਇਆ ਸੋ ਤਾਤੂ ਖਣਿਜ ਜੀ ਆ ਤਾਤੂ ਖਣਿਜ ਹੁੰਦੇ ਨੇ ਤਾਤੁਖਨੀਜ ਕਿਹੜੇ ਹੁੰਦੇ ਨੇ ਤਾਤਾਂ ਦਾ ਮਿਕਸਚਰ ਹੁੰਦਾ ਜੇਕਰ ਆਪਾਂ ਤਾਤਾਂ ਤੁਖਨੀਜ ਦੀ ਗੱਲ ਕਰੀਏ ਤਾਂ ਤਾਤਾਂ ਦਾ ਜਿਹੜਾ ਮਿਕਸਚਰ ਹੁੰਦਾ ਆਪਸ ਦੇ ਵਿੱਚ ਅ ਮਤਲਬ ਕਿ ਮਿਕਸਚਰ ਹੁੰਦਾ ਤਾਂ ਉਹਨੂੰ ਕੀ ਕਹਿੰਦੇ ਨੇ ਤਾਤੁਖਨੀਜ ਕਹਿੰਦੇ ਨੇ ਆਹ ਤਾਤੁਖਨੀਜ ਹੈ ਤਾਤਾਂ ਦਾ ਮਿਕਸਚਰ ਨਹੀਂ ਹੁੰਦਾ ਮਤਲਬ ਮਿਕਸ ਨਹੀਂ ਹੁੰਦੀ ਹੈ ਮਿਲਾਵਟ ਨਹੀਂ ਹੁੰਦੀ ਹੈ ਨਾ ਤਾਤਾਂ ਦਾ ਮਿਕਸਚਰ ਹੈ ਨਹੀਂ ਹੁੰਦਾ ਤਾਂ ਆਹ ਤਾਤੁਖਨੀਜ ਹੈ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਤਾਤੂ ਦਾ ਜਿਹੜਾ ਤਾਤਾਂ ਦਾ ਮਿਕਸਚਰ ਹੁੰਦਾ ਵਾ ਦੋ ਤਿੰਨ ਤਾਤਾਂ ਨੂੰ ਮਿਲਾ ਕੇ ਤਾਤੁਖਨੀਜ ਹੁਣ ਆਪਾਂ ਕੁਝ ਇੰਪੋਰਟੈਂਟ ਜਿਹੜੇ ਪੁਆਇੰਟ ਆ ਉਹ ਪੜਾਂਗੇ ਆਪਾਂ ਖਣਿਜ ਪਦਾਰਥ ਦੇ ਬਾਰੇ ਦੇ ਵਿੱਚ ਫਰਸਟ ਹੈ ਜੀ ਲੋਹਾ ਦੀ ਗੱਲ ਆਪਾਂ ਕਰ ਲੈਨੇ ਆ ਆਇਰਨ ਦੀ ਗੱਲ ਕਰ ਲੈਨੇ ਆ ਦੁਨੀਆ ਦੇ ਵਿੱਚ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਜਿਹੜਾ ਚੌਥੇ ਨੰਬਰ ਤੇ ਹੈ ਸੋ ਲੋਹਾ ਆਇਰਨ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ ਭਾਰਤ ਹੈ ਜੀ ਇਹ ਚੌਥੇ ਨੰਬਰ ਤੇ ਹੈ ਫਰਸਟ ਨੰਬਰ ਤੇ ਗੱਲ ਕਰੀਏ ਤਾਂ ਬ੍ਰਾਜ਼ੀਲ ਹੈ ਜੀ ਸੈਕਿੰਡ ਨੰਬਰ ਤੇ ਆਸਟ੍ਰੇਲੀਆ ਜੀ ਭਾਰਤ ਵਿੱਚੋਂ ਲੋਹਾ ਜਾਪਾਨ ਨੂੰ ਐਕਸਪੋਰਟ ਨਿਰਜਾਤ ਕੀਤਾ ਜਾਂਦਾ ਹੈ ਮਤਲਬ ਜਾਪਾਨ ਨੂੰ ਭੇਜਿਆ ਜਾਂਦਾ ਜੀ ਲੋਹਾ ਭਾਰਤ ਦੇ ਵਿੱਚੋਂ ਜੇਕਰ ਲੋਹਾ ਦੀ ਆਪਾਂ ਗੱਲ ਕਰੀਏ ਤੇ ਜਿਹੜਾ ਆਇਰਨ ਹੈ ਜੀ ਇਹ ਜਾਪਾਨ ਨੂੰ ਜਿਹੜਾ ਐਕਸਪੋਰਟ ਜਿਹੜਾ ਨਿਰਜਾਤ ਹੈ ਜੀ ਉਹ ਕੀਤਾ ਜਾਂਦਾ ਜੀ ਭਾਰਤ ਵਿੱਚ ਲੋਹੇ ਦੀ ਸਭ ਤੋਂ ਵੱਡੀ ਜੇਕਰ ਖਾਨ ਦੀ ਗੱਲ ਕਰੀਏ ਤਾਂ ਬਹਿੜੀਲਾ ਹੈ ਬਹਿੜੀਲਾ ਬਹਿੜੀਲਾ ਜਿਹੜੀ ਖਾਨ ਹੈ ਜੀ ਭਾਰਤ ਦੇ ਵਿੱਚ ਲੋਹੇ ਦੀ ਸਭ ਤੋਂ ਵੱਡੀ ਖਾਨ ਹੈ ਜੀ ਬਹਿੜੀਲਾ ਖਾਨ ਹੈ ਜਪਾਨ ਨੂੰ ਭਾਰਤ ਤੋਂ ਲੋਹਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾ ਪਟਨਮ ਬੰਦਰਗਾਹ ਤੋਂ ਭੇਜਿਆ ਜਾਂਦਾ ਹੈ ਜਪਾਨ ਦੀ ਜੇਕਰ ਅਪਨ ਗੱਲ ਕਰੀ ਦੀ ਜਪਾਨ ਨੂੰ ਭਾਰਤ ਤੋਂ ਜਿਹੜਾ ਲੋਹਾ ਹੈ ਜੀ ਸੋ ਉਹ ਕੋਈ ਤਾਂ ਪਲੇਸ ਹੈ ਨਾ ਜਿੱਥੋਂ ਭੇਜਿਆ ਜਾਂਦਾ ਵਾ ਸੋ ਜਪਾਨ ਨੂੰ ਭਾਰਤ ਤੋਂ ਜਿਹੜਾ ਲੋਹਾ ਹੈ ਜੀ ਉਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾ ਪਟਨਮ ਬੰਦਰਗਾਹ ਤੋਂ ਭੇਜਿਆ ਜਾਂਦਾ ਜੀ ਜਪਾਨ ਨੂੰ ਭਾਰਤ ਤੋਂ ਜਿਹੜਾ ਲੋਹਾ ਹੈ ਜੀ ਆਂਧਰਾ ਪ੍ਰਦੇਸ਼ ਤੇ ਜਿਹੜਾ ਵਿਸ਼ਾਖਾ ਪਟਨਮ ਬੰਦਰਗਾਹ ਤੋਂ ਜਿਹੜਾ ਭੇਜਿਆ ਹੈ ਜੀ ਉਹ ਜਾਂਦਾ ਜੀ ਨੇਕਸਿਆ ਜਿਹੜੀ ਟਾਈਪਸ ਹੁਣ ਆਇਰਨ ਦੀਆਂ ਵੀ ਕੁਝ ਜਿਹੜੀਆਂ ਟਾਈਪਸ ਨੇ ਲੋਹੇ ਦੀਆਂ ਕੁਝ ਟਾਈਪਸ ਨੇ ਉਹਨਾਂ ਟਾਈਪਸ ਦੀ ਗੱਲ ਕਰਦੇ ਆਂ ਫਰਸਟ ਹੈ ਜੀ ਮੈਗਨੇਟਾਈਟ ਮੈਗਨੇਟਾਈਟ ਫਰਸਟ ਜਿਹੜਾ ਲੋਹੇ ਦੀ ਜਿਹੜੀ ਕਿਸਮ ਹੈ ਜੀ ਮੈਗਨੇਟਾਈਟ ਇਹਦੇ ਬਾਰੇ ਦੇ ਵਿੱਚ ਅਪਾ ਪੜ੍ਹਦੇ ਆਂ ਸਭ ਤੋਂ ਬੈਸਟ ਕੁਆਲਟੀ ਦਾ ਲੋਹਾ ਹੈ ਮੈਗਨੇਟਾਈਟ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਬੈਸਟ ਕੁਆਲਟੀ ਦਾ ਜਿਹੜਾ ਲੋਹਾ ਹੈ ਜੀ ਸਭ ਤੋਂ ਜ਼ਿਆਦਾ ਜਿਹੜਾ ਲੋਹਾਂਚ ਜਿਹੜਾ 72% ਦੇ ਵਿੱਚ ਮਿਲਦਾ ਜੇਕਰ ਆਪਾਂ ਗੱਲ ਕਰੀਏ ਲੋਹਾਂਚ ਦੀ ਤਾਂ 72% ਜਿਹੜਾ ਲੋਹਾਂਚ ਹੈ ਜੀ ਉਹ ਮੈਗਨੇਟਾਈਟ ਦੇ ਵਿੱਚ ਮਿਲਦਾ ਜੀ ਸਾਊਥ ਇੰਡੀਆ ਤੋਂ ਇਹ ਲੋਹਾ ਜਿਹੜਾ ਕੱਢਿਆ ਜਾਂਦਾ ਜੇਕਰ ਇਹ ਗੱਲ ਕਰੀਏ ਲੋਹਾ ਕਿੱਥੋਂ ਕੱਢਿਆ ਜਾਂਦਾ ਤਾਂ ਸਾਊਥ ਇੰਡੀਆ ਤੋਂ ਇਹ ਜਿਹੜਾ ਲੋਹਾ ਹੈ ਜੀ ਇਹ ਕੱਢਿਆ ਜਾਂਦਾ ਜੀ ਸਾਊਥ ਇੰਡੀਆ ਤੋਂ ਠੀਕ ਹੈ ਜੀ ਸਭ ਤੋਂ ਬੈਸਟ ਕੁਆਲਿਟੀ ਦਾ ਜਿਹੜਾ ਇਹ ਲੋਹਾ ਹੈ ਜੀ ਸਭ ਤੋਂ ਜ਼ਿਆਦਾ ਜਿਹੜਾ ਲੋਹਾ ਅੰਛ ਹੈ ਜੀ 72% ਇਹਦੇ ਵਿੱਚ ਮਿਲਦਾ ਜੀ ਲੋਹਾ ਅੰਛ ਸਾਊਥ ਇੰਡੀਆ ਤੋਂ ਇਹ ਲੋਹਾ ਜਿਹੜਾ ਕੱਢਿਆ ਜਾਂਦਾ ਜੀ ਨੈਕਸਟ ਹੈ ਜੀ ਇਹ ਬੈਲਾ ਲੀਡਰ ਸਤੀਸਗੜ੍ਹ ਸਾਊਥ ਇੰਡੀਆ ਦੇ ਵਿੱਚ ਕਿੱਥੋਂ ਕਿੱਥੋਂ ਜਿਹੜਾ ਕੱਢਿਆ ਜਾਂਦਾ ਸੋ ਉਹਨਾਂ ਦੇ ਬਾਰੇ ਦੇ ਵਿੱਚ ਖਾਣ ਦੇ ਬਾਰੇ ਦੇ ਖਾਣਾਂ ਦੇ ਬਾਰੇ ਦੇ ਵਿੱਚ ਲਿਖਿਆ ਹੋਇਆ ਹੈ ਇਹ ਜਿਹੜਾ ਬੈਲਾ ਲੀਡਾ ਛਤਿਸਗੜ ਦੇ ਵਿੱਚ ਆ ਛਤਿਸਗੜ ਦੀ ਗੱਲ ਕਰੀਏ ਤਾਂ ਬੈਲਾ ਲੀਡਾ ਦੇ ਵਿੱਚ ਹੈ ਜੀ ਆ ਬਲੇਰੀ ਖਾਣਾਂ ਦੀ ਗੱਲ ਕਰੀਏ ਤਾਂ ਇਹ ਜਿਹੜੀ ਖਾਣ ਹੈ ਜੀ ਇੱਕ ਰਾਜਧਨ ਦੇ ਵਿੱਚ ਹੈ ਜੀ ਬਲੇਰੀ ਆ ਸਿੰਘਪੂਮ ਸਿੰਘਪੂਮ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਝਾਰਖੰਡ ਖਾਣ ਹੈ ਦੀ ਠੀਕ ਹੈ ਸਿੰਘਪੂਮ ਝਾਰਖੜ ਖਾਨ ਹੈ ਜੀ ਇੰਨਾ ਖਾਨਾ ਤੋਂ ਕਾਫੀ ਚੰਗੀ ਕੁਆਲਿਟੀ ਦਾ ਜਿਹੜਾ ਲੋਹਾ ਹੈ ਉਹ ਅਸੀਂ ਕੱਢ ਸਕਦੇ ਹਾਂ ਮੈਗਨੇ ਮੈਗਨੇਟਾਈਟ ਲੋਹਾ ਜੀ ਮੈਗਨੇਟਾਈਟ ਲੋਹਾ ਮੈਗਨੇਟਾਈਟ ਲੋਹਾ ਸਭ ਤੋਂ ਬੈਸਟ ਕੁਆਲਿਟੀ ਦਾ ਜੀ ਇਹ ਲੋਹਾ ਹੈ ਜੀ ਸਭ ਤੋਂ ਜ਼ਿਆਦਾ ਜਿਹੜੇ ਲੋਹਾਂ ਅੰਛਾ ਜੀ ਉਹ 72% ਇਥੇ ਦੇ ਵਿੱਚ ਜਿਹੜੇ ਮਿਲਦੇ ਨੇ ਸਾਊਥ ਇੰਡੀਆ ਤੋਂ ਇਹ ਲੋਹਾ ਕੱਢਿਆ ਜਾਂਦਾ ਹੈ ਇਹ ਬੈਲਾ ਲੀਡਾ ਛਤੀਸਗੜ੍ਹ ਤੋਂ ਇਹ ਮਿਲਿਆ ਸੀਗਾ ਉਸ ਤੋਂ ਬਾਅਦ ਬੀਲੇਰੀ ਖਾਨਾ ਕਰਨਾਟਕ ਤੋਂ ਮਿਲਿਆ ਸੀ ਤਾਂ ਸਿੰਘਪੂਮ ਝਾਰਖੜ ਖਾਨ ਇਤੋਂ ਵੀ ਇਹ ਜਿਹੜਾ ਮਿਲ ਲ ਮਿਲਦਾ ਜੀ ਨੈਕਸਟ ਆਜੋ ਜੀ ਮੈਗਨੇਟਾਈਟ ਤੋਂ ਬਾਅਦ ਆ ਗਿਆ ਜੀ ਆਪਾਂ ਹੈਮੇਟਾਈਟ ਹੈਮੇਟਾਈਟ ਵੀ ਲੋਹੇ ਦੀ ਇੱਕ ਜਿਹੜੀ ਕਿਸਮ ਹੈ ਜੀ ਹੈਮੇਟਾਈਟ 60 70 ਪਰਸੈਂਟ ਤੱਕ ਲੋਹ ਅੰਛਸ ਵਿੱਚ ਮਿਲਦਾ ਜੇਕਰ ਇਸ ਵਿੱਚ ਆਪਾਂ ਗੱਲ ਕਰੀਏ ਲੋਹ ਅੰਛ ਦੀ ਤਾਂ 60 70 ਪਰਸੈਂਟ ਜਿਹੜਾ ਲੋਹ ਅੰਛਾ ਜੀ ਉਹ ਇਹਦੇ ਵਿੱਚ ਜਿਹੜਾ ਮਿਲਦਾ ਹੈ ਜੀ ਸਭ ਤੋਂ ਜ਼ਿਆਦਾ ਜਿਹੜਾ ਇਹ ਕੱਢਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਇਹ ਵਾਲਾ ਜਿਹੜਾ ਲੋਹਾ ਜੀ ਇਹ ਕੱਢਿਆ ਜਾਂਦਾ ਹੈ ਹੈਮ ਹੈਮੇਟਾਈਟ ਲੋਹਾ ਜਿਹੜਾ ਜੀ ਪੂਰਵੀ ਇਸਟਰਨ ਇੰਡੀਆ ਤੋਂ ਕੱਢਿਆ ਜਾਂਦਾ ਸੋ ਹੈਮੇਟਾਈਟ ਜਿਹੜਾ ਲੋਹਾ ਹੈ ਜੀ ਉਹ ਪੂਰਵੀ ਇਸਟਰਨ ਇੰਡੀਆ ਤੋਂ ਜਿਹੜਾ ਕੱਢਿਆ ਜਾਂਦਾ ਜੀ ਹੈਮੇਟਾਈਟ ਰੈੱਡ ਤੇ ਬ੍ਰਾਊਨ ਕਲਰ ਦਾ ਹੁੰਦਾ ਹੈ ਹੈਮੇਟਾਈਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਰੈੱਡ ਤੇ ਜਿਹੜਾ ਬ੍ਰਾਊਨ ਕਲਰ ਦਾ ਹੁੰਦਾ ਜੀ ਹੈਮੇਟਾਈਟ ਹੈ ਰੈੱਡ ਤੇ ਬ੍ਰਾਊਨ ਕਲਰ ਦਾ ਹੁੰਦਾ ਜੀ ਹੈਮੇਟਾਈਟ ਜਿਹੜੀ ਮਾਈਨ ਦੀ ਗੱਲ ਕਰੀਏ ਤਾਂ ਹੈਮੇਟਾਈਟ ਮਾਈਨ ਦੀ ਗੱਲ ਕਰੀਏ ਤਾਂ ਸਿੰਗਾਪੂ ਝਾਰਖੰਡ ਕਿਉ ਝਾਰਖਨਾ ਓਡੀਸਾ ਤੇ ਮੋਰਗੰਜ ਮੋਰਗੰਜ ਦੇ ਉੜੀਸਾ ਠੀਕ ਹੈ ਜੀ ਇਹ ਤਿੰਨ ਜਿਹੜੀਆਂ ਹੈ ਮੀਟਾਈਟ ਜਿਹੜੀਆਂ ਮਾਈਨ ਨੇ ਠੀਕ ਹੈ ਹੈਮੀਟਾਈਟ ਜਿਹੜੀਆਂ ਮਾਈਨ ਨੇ ਇਹ ਜਿਹੜੀਆਂ ਤਿੰਨ ਆ ਜੀ ਹੈਮੀਟਾਈਟ ਜਿਹੜੀਆਂ ਮਾਈਨ ਨੇ ਸਿੰਘਪੂਮ ਹੈ ਜੀ ਝਾਰਖੰਡ ਹੈ ਆ ਫਿਊਜਰ ਖਾਨਾ ਜਿਹੜਾ ਉੜੀਸਾ ਦੇ ਵਿੱਚ ਹੈ ਮੋਰਗੰਜ ਜਿਹੜਾ ਜੀ ਇਹ ਹੈਗਾ ਉੜੀਸਾ ਦੇ ਵਿੱਚ ਠੀਕ ਹੈ ਇਹ ਹੈਮੀਟਾਈਟ ਖਾਨਾ ਨੇ ਨੈਕਸਟ ਆ ਜਾਓ ਜੀ ਲੀਓਨਾਈਟ ਲੀਓਨਾਈਟ ਵੀ ਲੋਹੇ ਦੀ ਇੱਕ ਕਿਸਮ ਹੈ ਜੀ ਲੀਓਨਾਈਟ 40 ਤੋਂ 50% ਲੋਹਣ ਛਿੰਦੇ ਵਿੱਚ ਮਿਲਦਾ ਜੇਕਰ ਇਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ 40 ਤੋਂ ਲੈ ਕੇ 50% ਤੱਕ ਜਿਹੜਾ ਲੋਹਣ ਛ ਹੈ ਜਿੰਦੇ ਵਿੱਚ ਮਿਲਦਾ ਇਸ ਦਾ ਜਿਹੜਾ ਕਲਰ ਹੈ ਜੀ ਉਹ ਜਿਆਲੂ ਹੁੰਦਾ ਇਸ ਦੇ ਜਿਹੜੇ ਕਲਰ ਦੀ ਗੱਲ ਕਰੀਏ ਤਾਂ ਇਸ ਦਾ ਜਿਹੜਾ ਕਲਰ ਹੈ ਜੀ ਉਹ ਜਿਆਲੂ ਹੁੰਦਾ ਇਸ ਦੀਆਂ ਜਿਹੜੀਆਂ ਖਾਨਾਂ ਦੀ ਗੱਲ ਕਰੀਏ ਤਾਂ ਵੀਰ ਭੂਮੀ ਹੈ ਜੀ ਵੈਸਟ ਬੰਗਾਲ ਦੇ ਵਿੱਚ ਹੈ ਵੀਰ ਭੂਮੀ ਵੈਸਟ ਬੰਗਾਲ ਦੇ ਵਿੱਚ ਮੰਡਲ ਖੇਤਰ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਮੰਡਲ ਖੇਤਰ ਦੀ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਵੀਰ ਭੂਮੀ ਦੀ ਗੱਲ ਕਰੀਏ ਤਾਂ ਵੈਸਟ ਬੰਗਾਲ ਦੇ ਵਿੱਚ ਆ ਨੈਕਸਟ 4 ਨੰਬਰ ਤੇ ਗੱਲ ਕਰੀਏ ਤਾਂ ਸਿਡੇਰਾਈਟ ਸਿਡੇਰਾਈਟ ਹੈ ਜੀ ਜਿਹੜੀ ਲੋਹੇ ਦੀ ਜਿਹੜੀ ਕਿਸਮ ਹੈ ਇਹ ਸਭ ਤੋਂ ਘੱਟ ਕੱਟਿਆ ਜਾਂਦਾ ਲੋਹਾ ਹੈ ਜੀ ਇਸ ਦਾ ਜਿਹੜਾ ਕਲਰ ਕੀ ਹੈ ਜੀ ਬ੍ਰਾਊਨ ਸਿਡੇਰਾਈਟ ਸਿਡੇਰਾਈਟ ਦੀ ਆਪਾਂ ਗੱਲ ਕਰੀਏ ਸਿਡੇਰਾਈਟ ਦੀ ਆਪਾਂ ਗੱਲ ਕਰੀਏ ਸਭ ਤੋਂ ਘੱਟ ਕੱਢਿਆ ਜਾਂਦਾ ਜੀ ਇਸ ਦਾ ਕਲਰ ਦੀ ਜੇਕਰ ਆਪਾਂ ਗੱਲ ਕਰੀਏ ਸਿਡੇਰਾਈਟ ਦਾ ਜਿਹੜਾ ਕਲਰ ਹੈ ਜੀ ਇਹ ਬ੍ਰਾਊਨ ਹੁੰਦਾ ਹੈ ਤੇ ਸਭ ਤੋਂ ਘੱਟ ਕੱਢਿਆ ਜਾਂਦਾ ਠੀਕ ਹੈ ਜੀ ਨੈਕਸਟ ਹੈ ਜਿਹੜਾ ਖਣਿਜ ਪਦਾਰਥ ਹੈ ਮੈਗਨੀਜ਼ ਮੈਗਨੀਜ਼ ਦੀ ਆਪਾਂ ਗੱਲ ਕਰਦੇ ਹਾਂ ਜੀ ਮੈਗਨੀਜ਼ ਦੀ ਕਲਰ ਗਲਾਸ ਉਦਯੋਗ ਵਿੱਚ ਜਿਹੜਾ ਮੈਗਨੀਜ਼ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਕਲਰ ਦੇ ਵਿੱਚ ਯੂਜ਼ ਕੀਤਾ ਜਾਂਦਾ ਜੀ ম্যাগਨੇਟਿਕ ਗਲਾਸ ਦੇ ਵਿੱਚ ਜਿਹੜਾ ਯੂਜ਼ ਹੈ ਉਹ ਕੀਤਾ ਜਾਂਦਾ ਜੀ ম্যাগਨੇਟਸ ਠੀਕ ਹੈ ਜੀ ਇਹਦੀ ਵਰਤੋਂ ਕੀਤੀ ਜਾਂਦੀ ਆ ਚੀਨੀ ਦੇ ਬਰਤਨ ਜਿਹੜੇ ਬੰਦੇ ਆ ਜੀ ਚੀਨੀ ਦੇ ਬਰਤਨ ਵਿੱਚ ਵੀ ਜਿਹੜਾ ম্যাগਨੇਟਸ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਚੀਨੀ ਦੇ ਬਰਤਨ ਦੇ ਵਿੱਚ ਵੀ ਬਲੀਚਿੰਗ ਪਾਊਡਰ ਵਿੱਚ ਵੀ ਜਿਹੜਾ ম্যাগਨੇਟਸ ਹੈ ਇਹਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਠੀਕ ਹੈ ਜੀ ਸੋ ਕਲਰ ਗਲਾਸ ਚੀਨੀ ਦੇ ਬਰਤਨ ਤੇ ਬਲੀਚਿੰਗ ਪਾਊਡਰ ਹੁੰਦਾ ਉਹਦੇ ਵਿੱਚ ਮੈਗਨੀਜ਼ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਹੈ ਜੀ ਮੈਗਨੀਜ਼ ਪ੍ਰੋਡਕਸ਼ਨ ਵਰਡ ਦੀ ਜੇਕਰ ਆਪਾਂ ਦੁਨੀਆ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਜਿਹੜਾ ਮੈਗਨੀਜ਼ ਹੈ ਜੀ ਇਹਦੀ ਜਿਹੜੀ ਪ੍ਰੋਡਕਸ਼ਨ ਇਹ ਹੁੰਦੀ ਹੈ ਤਾਂ ਫਰਸਟ ਵਿੱਚ ਜਿਹੜਾ ਜਿਮਬਾਵੇ ਦੇ ਵਿੱਚ ਹੁੰਦੀ ਹੈ ਜੀ ਫਰਸਟ ਹੈਗਾ ਜੀ ਜਿਮ ਜਿਮਬਾਵੇ ਦੇ ਵਿੱਚ ਹੁੰਦੀ ਹੈ ਜੀ ਸੈਕੰਡ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਹੁੰਦੀ ਹੈ ਜੀ ਸੈਕੰਡ ਦੀ ਗੱਲ ਕਰੀਏ ਤਾਂ ਇੰਡੀਆ ਦੀ ਹੁੰਦੀ ਹੈ ਜੀ ਕਰਨਾਟਕ ਵਿੱਚ ਜਿਹੜਾ ਮੈਗਨੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਡਿਊਸ ਆ ਉਹ ਕੀਤਾ ਜਾਂਦਾ ਜੀ ਕਰਨਾਟਕ ਕਰਨਾਟਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਰਨਾਟਕ ਦੇ ਵਿੱਚ ਜਿਹੜਾ ਮੈਗਨੀ ਜਿਹੜੀ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਡਿਊਸ ਆ ਜਿਉ ਕੀਤਾ ਜਾਂਦਾ ਜੀ ਇੰਡੀਆ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਦੁਨੀਆ ਦੀ ਗੱਲ ਕਰੀਏ ਤਾਂ ਫਰਸਟ ਜ਼임 ਬਾਬੇ ਆ ਸੈਕੰਡ ਇੰਡੀਆ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਕਰਨਾਟਕਾ ਦੇ ਵਿੱਚ ਜਿਹੜਾ ਮੈਗਨੀਜ਼ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਡਿਊਸ ਆ ਜਿਉ ਕੀਤਾ ਜਾਂਦਾ ਨਿਆਖਿਆ ਰਹੀ ਬਾਕਸਾਈਟ ਬਾਕਸਾਈਟ ਦੀ ਆਪਾਂ ਗੱਲ ਕਰੀਏ ਐਲੂਮੀਨੀਅਮ ਬਾਕਸਾਈਟ ਤੋਂ ਜਿਹੜਾ ਬਣਾਇਆ ਜਾਂਦਾ ਜੀ ਸੋ ਬਾਕਸਾਈਟ ਕਿੱਥੇ ਹੈ ਜੀ ਐਲੂਮੀਨੀਅਮ ਬਾਕਸਾਈਟ ਤੋਂ ਜਿਹੜਾ ਬਣਾਇਆ ਜਾਂਦਾ ਜੀ ਬਾਕਸਾਈਟ ਦਾ ਜਿਹੜਾ ਯੂਜ਼ ਹੈ ਜੀ ਇਹ ਚਮੜਾ ਉਦਯੋਗ ਲੈਦਰ ਇੰਡਸਟਰੀਜ਼ ਦੇ ਵਿੱਚ ਹੁੰਦਾ ਜੀ ਨਮਕ ਸਾਫ਼ ਕਰਨ ਵਾਸਤੇ ਵਰਤਿਆ ਜਾਂਦਾ ਜੀ ਬਾਕਸਾਈਟ ਤੇ ਪੈਟਰੋਲ ਉਦਯੋਗ ਵਿੱਚ ਵੀ ਵਰਤਿਆ ਜਾਂਦਾ ਸੋ ਐਲੂਮੀਨੀਅਮ ਬਾਕਸਾਈਟ ਤੋਂ ਅਲੂਮੀਨੀਅਮ ਜਿਹੜਾ ਬਾਕ ਸਾਈਡ ਤੋਂ ਜਿਹੜਾ ਬਣਾਇਆ ਜਾਂਦਾ ਜੀ ਅਲੂਮੀਨੀਅਮ ਜਿਹੜਾ ਅਲੂਮੀਨੀਅਮ ਹੈ ਜੀ ਉਹ ਬਾਕ ਸਾਈਡ ਤੋਂ ਬਣਾਇਆ ਜਾਂਦਾ ਬਾਕ ਸਾਈਡ ਦਾ ਜਿਹੜਾ ਯੂਜ਼ ਹੈ ਜੀ ਉਹ ਹੁੰਦਾ ਜੀ ਚਮੜਾ ਉਦਯੋਗ ਦੇ ਵਿੱਚ ਲੈਦਰ ਇੰਡਸਟਰੀ ਨਾਮਕ ਸਾਫ ਕਰਨ ਵਾਸਤੇ ਵੀ ਇੰਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਤੇ ਪੈਟਰੋਲ ਉਦਯੋਗ ਦੇ ਵਿੱਚ ਵੀ ਇਹ ਜਿਹੜਾ ਵਰਤਿਆ ਉਹ ਜਾਂਦਾ ਹੈ ਇੰਡੀਆ ਵਰਡ ਦੇ ਵਿੱਚੋਂ 6 ਨੰਬਰ ਤੇ ਹੈ ਜੇਕਰ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ ਬਾਕ ਸਾਈਡ ਦੇ ਪੱਖੋਂ ਠੀਕ ਹੈ ਜੀ ਇੰਡੀਆ ਦੀ ਗੱਲ ਕਰੀਏ ਤਾਂ ਬਾਕਸਾਈਟ ਦੇ ਪੱਖੋਂ ਜਿਹੜਾ ਇੰਡੀਆ ਜੀ ਇਹ ਵਰਡ ਵਿੱਚੋਂ ਜਿਹੜਾ 6ਥ ਨੰਬਰ ਤੇ ਹੈ ਸੋ ਬਾਕਸਾਈਟ ਦੇ ਪੱਖੋਂ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਵਰਡ ਵਿੱਚੋਂ ਇਹ ਕਿੰਨੇ ਨੰਬਰ ਤੇ ਹੈ ਜੀ 6ਥ ਨੰਬਰ ਤੇ ਹੈ ਇੰਡੀਆ ਦੇ ਉੜੀਸਾ ਦੇ ਵਿੱਚ ਬਾਕਸਾਈਟ ਪੱਖੋਂ ਫਰਸਟ ਨੰਬਰ ਤੇ ਹੈ ਸੋ ਇੰਡੀਆ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕੌਣ ਹੈ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਡਿਊਸ ਹੈ ਜੀ ਬਾਕਸਾਈਟ ਕਰਦਾ ਤਾਂ ਉਹ ਉੜੀਸਾ ਹੈ ਵੈਸੇ ਇੰਡੀਆ 6 ਨੰਬਰ ਤੇ ਹੈ ਜੀ ਜੇਕਰ ਆਪਾਂ ਪੂਰੀ ਦੁਨੀਆ ਦੀ ਗੱਲ ਕਰੀਏ ਠੀਕ ਹੈ ਜੀ ਸੋ ਇੰਡੀਆ ਦੇ 오डिशा ਦੇ ਵਿੱਚ ਜਿਹੜਾ ਬਾਕਸਾਈਟ ਪੱਖੋ ਜਿਹੜਾ ਫਸਟ ਨੰਬਰ ਤੇ ਹੈ ਨੈਕਸਟ ਆ ਗਿਆ ਜੀ ਕਾਪਰ ਤਾਂਬਾ ਦੀ ਆਪਾਂ ਗੱਲ ਕਰ ਲਈਏ ਤਾਂਬੇ ਦੀ ਸੋ ਬਿਜਲੀ ਆ ਲੈਕ ਇਲੈਕਟ੍ਰਿਸਿਟੀ ਉਦਯੋਗ ਦੇ ਵਿੱਚ ਜਿਹੜਾ ਯੂਜ਼ ਹੈ ਉਹ ਤਾਂਬਾ ਕੀਤਾ ਜਾਂਦਾ ਜੀ ਕਾਪਰ ਕੀਤਾ ਜਾਂਦਾ ਜੀ ਬਿਜਲੀ ਇਲੈਕਟ੍ਰਿਸਿਟੀ ਉਦਯੋਗ ਦੇ ਵਿੱਚ ਜਿਹੜਾ ਯੂਜ਼ ਹੈ ਜੀ ਕਾਪਰ ਦਾ ਕੀਤਾ ਜਾਂਦਾ ਹੈ ਫਿਟਿੰਗ ਵਾਲੀਆਂ ਜੋ ਤਾਰਾਂ ਹੁੰਦੀਆਂ ਨੇ ਵਾਇਰਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਜ਼ਿਆਦਾਤਰ ਕਾਪਰ ਤੋਂ ਜਿਹੜੀਆਂ ਬਣਦੀਆਂ ਨੇ ਫਿਟਿੰਗ ਵਾਲੀਆਂ ਜਿਹੜੀਆਂ ਤਾਰਾਂ ਹੁੰਦੀਆਂ ਨੇ ਨਾ ਜ਼ਿਆਦਾਤਰ ਕਿੰਦੇ ਤੋਂ ਬਣਦੀਆਂ ਜੀ ਤਾਂਬੇ ਤੋਂ ਬਣਦੀਆਂ ਕਾਪਰ ਤੋਂ ਬਣਦੀਆਂ ਨੇ ਕਾਪਰ ਬਰਤਨ ਦੇ ਵਿੱਚ ਵੀ ਯੂਜ਼ ਕਰ ਲਿਆ ਜਾਂਦਾ ਜੇਕਰ ਆਪਾਂ ਗੱਲ ਕਰੀਏ ਕਾਪਰ ਤਾਂ ਕਾਪਰ ਕਿਥੇ ਜੀ ਬਰਤਨ ਦੇ ਵਿੱਚ ਵੀ ਜਿਹੜਾ ਯੂਜ਼ ਹੈ ਉਹ ਕਰ ਲਿਆ ਜਾਂਦਾ ਮਸ਼ੀਨ ਹੋ ਗਿਆ ਰੇਡੀਓ ਹੋ ਗਿਆ ਟੈਲੀਵਿਜ਼ਨ ਹੋ ਗਿਆ ਸਾਰੇ ਹੀ ਜਿਹੜੇ ਇੱਥੋਂ ਜਿਹੜੇ ਕਾਪਰ ਤੋਂ ਜਿਹੜੇ ਬਣਦੇ ਨੇ ਸੋ ਕਾਪਰ ਦੀਆਂ ਜਿਹੜੀਆਂ ਖਾਨਾਂ ਨੇ ਉਹ ਕਿੱਥੇ-ਕਿੱਥੇ ਨੇ ਫਸਟ ਹੈ ਜੀ ਕਾਪਰ ਦੀਆਂ ਖਾਨਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਖੇਤੜੀ ਦੇ ਵਿੱਚ ਰਾਜਸਥਾਨ ਖੇਤੜੀ ਠੀਕ ਆ ਕਾਪਰ ਖਾਨਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਖੇਤੜੀ ਹੈ ਜੀ 1895 ਵਿੱਚ ਅੰਗਰੇਜ਼ਾਂ ਨੇ ਇਹ ਖਾਨ ਜਿਹੜੀ ਹੈ ਉਹ ਲਾਈ ਸੀ ਸੋ ਕਾਪਰ ਖਾਨਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਖੇਤੜੀ ਹੈ ਜੀ ਕਾਪਰ ਖਾਨਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਖੇਤੜੀ ਹੈ ਜੀ 1895 ਦੇ ਵਿੱਚ ਅੰਗਰੇਜ਼ਾਂ ਨੇ ਇਹ ਵਾਲੀ ਜਿਹੜੀ ਖਾਣ ਹੈ ਉਹ ਲਾਈ ਸੀ ਐਮਪੀ ਕਾਪਰ ਪ੍ਰੋਡਕਸ਼ਨ ਜਿਹੜਾ ਆਪ ਐਮਪੀ ਦੀ ਗੱਲ ਕਰੀਏ ਤਾਂ ਕਾਪਰ ਪ੍ਰੋਡਕਸ਼ਨ ਦੇ ਵਿੱਚੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਜੀ ਸੋ ਕਾਪਰ ਖਾਣਾਂ ਦੀ ਗੱਲ ਕਰੀਏ Rajasthan ਖੇਤੜੀ ਦੇ ਵਿੱਚ ਹੈ 1895 ਦੇ ਵਿੱਚ ਅੰਗਰੇਜ਼ਾਂ ਨੇ ਇਹ ਵਾਲੀ ਜਿਹੜੀ ਖਾਣ ਹੈ ਉਹ ਲਗਾਈ ਸੀ Rajasthan ਖੇਤੜੀ ਦੀ ਐਮਪੀ ਦੀ ਗੱਲ ਕਰੀਏ ਤਾਂ ਕਾਪਰ ਪ੍ਰੋਡਕਸ਼ਨ ਉਹ ਇੱਕੋ ਇਹ ਪਹਿਲੇ ਨੰਬਰ ਤੇ ਹੈਗਾ ਜੀ ਨੈਕਸਟ ਆਜੋ ਜੀ 골ਡ ਦੀ ਗੱਲ ਕਰ ਲੈਣੇ ਆ ਸੋਨੇ ਦੀ ਗੱਲ ਕਰ ਲੈਣੇ ਆ ਜਿਹੜਾ ਕਿ ਬਹੁਤ ਮਹਿੰਗਾ ਹੋ ਚੁੱਕਿਆ ਸੋ 골ਡ ਦੀ ਗੱਲ ਕਰੀਏ ਤਾਂ ਧਾਰਵੜ ਸ਼ੱਲ ਹੈ ਜੀ ਧਾਰ ਧਾਰਵੜ ਸ਼ੱਲ ਹੈ ਜੀ ਜਿਹੜੀ ਇਹਦੀ ਜਿਹੜੀ ਇਹਦੇ ਨਾਲ ਸੰਬੰਧਤ ਜਿਹੜੀ ਖਾਣ ਹੈ ਜੀ ਇਹ ਫਰਸਟ ਖਾਣ ਮਹਾਰਾਸ਼ਟਰ ਦੇ ਵਿੱਚ ਲਾਈ ਗਈ ਸੀ 2001 ਦੇ ਵਿੱਚ ਲਗਾਈ ਗਈ ਸੀ 골ਡ ਸੋਨੇ ਦੀ ਆਪਾਂ ਗੱਲ ਕਰੀਏ ਤਾਂ ਧਾਰਵੜ ਸ਼ੱਲ ਖਾਣ ਹੈ ਜੀ ਇਹ ਫਰਸਟ ਜਿਹੜੀ ਖਾਣ ਸੀ ਮਹਾਰਾਸ਼ਟਰ ਦੇ ਵਿੱਚ 2001 ਦੇ ਵਿੱਚ ਜਿਹੜੀ ਲਗਾਈ ਗਈ ਸੀ ਨੈਕਸਟ ਆਪਾਂ ਗੱਲ ਕਰੀਏ ਜੀ ਚਾਂਦੀ ਸਿਲਵਰ ਦੀ ਸਭ ਤੋਂ ਜ਼ਿਆਦਾ ਸਿਲਵਰ ਪ੍ਰੋਡਿਊਸ ਕਰਨ ਵਾਲਾ ਰਾਜਸਥਾਨ ਹੈ ਜੀ ਸਭ ਤੋਂ ਵੱਧ ਜਿਹੜਾ ਸਿਲਵਰ ਪ੍ਰੋਡਿਊਸ ਕਰਦਾ ਜੀ ਉਹ ਰਾਜਸਥਾਨ ਹੈ ਇਸ ਦੀਆਂ ਜੇਕਰ ਖਾਣਾਂ ਦੀ ਗੱਲ ਕਰੀਏ ਤਾਂ ਕੋਲਰ ਮਾਈਨ ਮਾਈਨਸ ਹੈ ਜੀ ਕਰਨਾਟਕ ਵਿੱਚ ਹੈ ਠੀਕ ਹੈ ਜੀ ਕੋਲਰ ਮਾਈਨਸ ਹੈ ਜੀ ਕਰਨਾਟਕ ਵਿੱਚ ਹੈ ਇਸ ਦੀਆਂ ਖਾਣਾਂ ਦੀ ਗੱਲ ਕਰੀਏ ਇਸ ਦੀਆਂ ਖਾਣਾਂ ਦੀ ਗੱਲ ਕਰੀਏ ਤਾਂ ਕੋਲਰ ਮਾਈਨਸ ਹੈ ਜੀ ਕਰਨਾਟਕ ਵਿੱਚ ਹੈ ਜੀ ਚਾਂਦੀ ਨੈਕਸਟ ਆਪਾਂ ਗੱਲ ਕਰੀਏ ਅਬਰਕ ਅਬਰਕ ਦੀ ਗੱਲ ਕਰੀਏ ਮਾਈਕਾ ਠੀਕ ਹੈ ਅਬਰਕ ਫਰਸਟ ਚైనా ਸਭ ਤੋਂ ਜ਼ਿਆਦਾ ਜਿਹੜਾ ਅਬਰਕ ਹੈ ਜੀ ਉਹ ਪ੍ਰੋਡਿਊਸ ਕਰਦਾ ਜੀ ਫਰਸਟ ਚైనా ਠੀਕ ਹੈ ਜੀ ਅਬਰਕ ਦੀ ਗੱਲ ਕਰੀਏ ਮਾਇਕੇ ਦੀ ਗੱਲ ਕਰੀਏ ਅਬਰਕ ਦੀ ਗੱਲ ਕਰੀਏ ਤਾਂ ਫਰਸਟ ਚైనా ਸਭ ਤੋਂ ਜ਼ਿਆਦਾ ਜਿਹੜਾ ਅਬਰਕ ਹੈ ਜੀ ਉਹ ਪ੍ਰੋਡਿਊਸ ਕਰਦਾ ਜੀ ਫਰਸਟ ਚైనా ਸਭ ਤੋਂ ਜ਼ਿਆਦਾ ਅਬਰਕ ਪ੍ਰੋਡਿਊਸ ਕਰਦਾ ਜੀ ਭਾਰਤ ਦੇ ਵਿੱਚ ਅਬਰਕ ਦੀ ਜਿਹੜੀ ਪ੍ਰੋਡਕਸ਼ਨ ਦੇ ਪੱਖੋਂ ਜਿਹੜਾ ਆਂਧਰਾ ਪ੍ਰਦੇਸ਼ ਜਿਹੜਾ ਫਰਸਟ ਨੰਬਰ ਤੇ ਫਰਸਟ ਜਿਹੜਾ ਚਾਈਨਾ ਸਭ ਤੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ ਤਾਂ ਫਰਸਟ ਜਿਹੜੀ ਚਾਈਨਾ ਚਾਈਨਾ ਜੀ ਉਹ ਸਭ ਤੋਂ ਜ਼ਿਆਦਾ ਜਿਹੜਾ ਅਬਰਕ ਹੈ ਜੀ ਉਹ ਪ੍ਰੋਡਿਊਸ ਕਰਦਾ ਹੈ ਜੀ ਭਾਰਤ ਦੇ ਵਿੱਚ ਜਿਹੜਾ ਅਬਰਕ ਦੀ ਜਿਹੜੀ ਪ੍ਰੋਡਕਸ਼ਨ ਦੇ ਪੱਖੋਂ ਜਿਹੜਾ ਆਂਧਰਾ ਪ੍ਰਦੇਸ਼ ਜਿਹੜਾ ਇਹ ਫਰਸਟ ਨੰਬਰ ਤੇ ਹੈ ਜੀ ਭਾਰਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਫਰਸਟ ਨੰਬਰ ਤੇ ਹੈ ਦੁਨੀਆ ਦੀ ਗੱਲ ਕਰੀਏ ਤਾਂ ਚਾਈਨਾ ਸਭ ਤੋਂ ਜ਼ਿਆਦਾ ਨੈਕਸਟ ਆਦੀ ਹੈ ਜੀ ਡਾਇਮੰਡ ਹੀਰਾ ਦੀ ਗੱਲ ਕਰੀਏ ਪੰਨਾ ਖਾਨਾ ਜੀ ਆ ਪੰਨਾ ਖਾਨਾ ਜੀ ਹੀਰਾ ਦੇ ਨਾਲ ਸਬੰਧਤ ਨੇ ਪੰਨਾਖਾਨਾ ਜਿਹੜੀਆਂ ਨੇ ਇਹ ਜਿਹੜੀਆਂ ਨੇ ਹੀਰਾ ਦੇ ਨਾਲ ਸਬੰਧਤ ਨੇ ਐਮਪੀ ਦੇ ਵਿੱਚ ਨੇ ਹੈ Madhya Pradesh ਦੇ ਵਿੱਚ ਨੇ ਕਾਰਬਨ ਦਾ ਸਭ ਤੋਂ ਸ਼ੁੱਧ ਰੂਪ ਜਿਹੜਾ ਹੀਰਾ ਜੇਕਰ ਆਪਾਂ ਗੱਲ ਕਰੀਏ ਵੀ ਹੀਰੇ ਦਾ ਸਭ ਤੋਂ ਸ਼ੁੱਧ ਰੂਪ ਕਿਹੜਾ ਹੈ ਜੀ ਸੋ ਕਾਰਬਨ ਦੀ ਆਪਾਂ ਗੱਲ ਕਰੀਏ ਤਾਂ ਕਾਰਬਨ ਦਾ ਸਭ ਤੋਂ ਸ਼ੁੱਧ ਰੂਪ ਜਿਹੜਾ ਉਹ ਹੀਰਾ ਮੰਨਿਆ ਜਾਂਦਾ ਜੀ ਸਭ ਤੋਂ ਜ਼ਿਆਦਾ ਜਿਹੜੀ ਹਾਰਡ ਜਿਹੜਾ ਖਣਿਜ ਪਦਾਰਥ ਹੈ ਜੀ ਉਹ ਡਾਇਮੰਡ ਹੈ ਜੀ ਮਿਨਰਲ ਜੈ ਜੀ ਉਹ ਡਾਇਮੰਡ ਹੈ ਠੀਕ ਹੈ ਜੀ ਸਭ ਤੋਂ ਹਾਰਡ ਮਿਨਰਲਸ ਹੈ ਜਿਹੜਾ ਉਹ ਡਾਇਮੰਡ ਹੈਗਾ ਜੀ ਕੋਹੇਨੂਰ ਦਾ ਹੀਰਾ ਜਿਹੜਾ ਜੀ ਉਹ ਗੋਲਕੁੰਡਾ ਖਾਨ ਜਿਹੜਾ ਤੇਲਗਾਨਾ ਦੇ ਵਿੱਚੋਂ ਕੱਢਿਆ ਗਿਆ ਸੀ ਕੋਹੇਨੂਰ ਦਾ ਜਿਹੜਾ ਹੀਰਾ ਜੀ ਜਿਹੜਾ ਇਹ ਜਿਹੜਾ ਗੋਲਕੁੰਡਾ ਖਾਨ ਜਿਹੜਾ ਤੇਲਗਾਨਾ ਦੇ ਵਿੱਚੋਂ ਕੱਢਿਆ ਗਿਆ ਸੀਗਾ ਜੀ ਤੇਲਗਾਨਾ ਦੇ ਵਿੱਚੋਂ ਕੋਹੇਨੂਰ ਦਾ ਹੀਰਾ ਸੁਣਿਆ ਹੋਊਗਾ ਸਭ ਨੇ ਕੋਹੇਨੂਰ ਦਾ ਹੀਰਾ ਗੋਲਕੁੰਡਾ ਖਾਨ ਜਿਹੜਾ ਜੀ ਇਹ ਤੇਲਗਾਨਾ ਦੇ ਵਿੱਚੋਂ ਜਿਹੜਾ ਕੱਢਿਆ ਗਿਆ ਸੀਗਾ ਜੀ ਨੈਕਸਟ ਆਪਾਂ ਜੇਕਰ ਗੱਲ ਕਰੀਏ ਤਾਂ ਕੋਲੇ ਦੀ ਕੋਲਾ ਦੀ ਗੱਲ ਕਰੀਏ ਤਾਂ ਇਹਨੂੰ ਕਾਲਾ ਸੋਨਾ ਵੀ ਕਹਿ ਦਿੱਤਾ ਜਾਂਦਾ ਕੋਲ ਊਰਜਾ ਦਾ ਮੇਨ ਜਿਹੜਾ ਰਿਸੋਰਸ ਹੈ ਜੀ ਇਹ ਸੋ ਕੋਲੇ ਦੀ ਆਪਾਂ ਗੱਲ ਕਰੀਏ ਤਾਂ ਊਰਜਾ ਦਾ ਜਿਹੜਾ ਇਹ ਮੇਨ ਸੋਰਸ ਹੈ ਜੀ ਕੋਲਾ ਊਰਜਾ ਦਾ ਮੇਨ ਸੋਰਸ ਕੋਲਾ ਹੈ ਜੀ ਇਸ ਨੂੰ ਅਸੀਂ ਕਾਲਾ ਸੋਨਾ ਵੀ ਕਹਿ ਦਿੰਨੀ ਆ ਸੋ ਕਾਲਾ ਸੋਨਾ ਵੀ ਨੂੰ ਆਪਾਂ ਕਹਿੰਦੇ ਆ ਸਭ ਤੋਂ ਜ਼ਿਆਦਾ 63% ਊਰਜਾ ਕੋਲੇ ਤੋਂ ਪ੍ਰਾਪਤ ਕੀਤੀ ਜਾਂਦੀ ਜੇਕਰ ਆਪਾਂ ਗੱਲ ਕਰੀਏ ਕਿ ਸਭ ਤੋਂ ਜ਼ਿਆਦਾ ਊਰਜਾ ਕਿੱਥੋਂ ਪ੍ਰਾਪਤ ਹੁੰਦੀ ਆ ਤਾਂ ਸਭ ਤੋਂ ਜ਼ਿਆਦਾ ਜਿਹੜੀ 63% ਊਰਜਾ ਆਪਾਂ ਜਿਹੜੀ ਕੋਲੇ ਤੋਂ ਪ੍ਰਾਪਤ ਕਰਦੇ ਆ ਤੇ ਕੋਲ ਪ੍ਰੋਡਕਸ਼ਨ ਦੇ ਵਿੱਚ ਦੁਨੀਆ ਦੀ ਜੇਕਰ ਆਪਾਂ ਗੱਲ ਕਰੀਏ ਪੂਰੇ ਵਰਡ ਦੀ ਗੱਲ ਕਰੀਏ ਤਾਂ ਫਰਸਟ ਨੰਬਰ ਤੇ ਜਿਹੜਾ ਚਾਈਨਾ ਜੀ ਉਹ ਸੈਕਿੰਡ ਨੰਬਰ ਤੇ ਯੂ ਐਸ ਏ ਆ ਜੀ ਥਰਡ ਨੰਬਰ ਤੇ ਇੰਡੀਆ ਜੀ ਕੋਲ ਪ੍ਰੋਡਕਸ਼ਨ ਦੀ ਗੱਲ ਕਰੀਏ ਨਾ ਤਾਂ ਫਰਸਟ ਨੰਬਰ ਤੇ ਚਾਈਨਾ ਰਹੇਗਾ ਜ ਆਪਣਾ ਇੰਡੀਆ ਹਮੇਸ਼ਾ ਹੀ 3 4 ਇੱਥੇ ਕੋਈ ਹੁੰਦਾ ਹੁੰਦਾ ਸੋ ਫਰਸਟ ਨੰਬਰ ਤੇ ਚਾਈਨਾ ਜੀ ਸੈਕਿੰਡ ਨੰਬਰ ਤੇ ਯੂ ਐਸਏ ਤੇ 3 ਨੰਬਰ ਤੇ ਆਪਣਾ ਇੰਡੀਆ ਨੈਕਸਟ ਹੈ ਜੀ ਭਾਰਤ ਵਿੱਚ ਕੋਲੇ ਦੀਆਂ ਖਾਨਾਂ ਝਾਰਖੰਡ ਵਿੱਚ ਮਿਲਦੀਆਂ ਜੇਕਰ ਆਪਾਂ ਗੱਲ ਕਰੀਏ ਭਾਰਤ ਵਿੱਚ ਕੋਲੇ ਦੀਆਂ ਖਾਨਾਂ ਦੀ ਤਾਂ ਇਹ ਜਿਹੜੀਆਂ ਝਾਰਖੰਡ ਦੇ ਵਿੱਚ ਜਿਹੜੀਆਂ ਮਿਲਦੀਆਂ ਨੇ ਭਾਰਤ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਹੁਣ ਕੁਝ ਕੋਲੇ ਦੀਆਂ ਕਿਸਮਾਂ ਨੇ ਉਹ ਆਪਾਂ ਪੜ੍ਹਨੀਆਂ ਨੇ ਐਥਰੇਸਾਈਟ ਕੋਲੇ ਦੀ ਇੱਕ ਕਿਸਮ ਹੈ ਜੀ ਐਥਰੇਸਾਈਟ ਸੋ ਆਥਰੇਸਾਈਟਾ ਜੀ ਬੈਸਟ ਕੁਆਲਿਟੀ ਕੋਲ ਹੈ ਜੀ ਆਥਰੇਸਾਈਟ ਦੀ ਆਪਾਂ ਗੱਲ ਕਰੀਏ ਆਥਰੇਸਾਈਟ ਦੀ ਤਾਂ ਬੈਸਟ ਕੁਆਲਿਟੀ ਕੋਲ ਹੈ ਜੀ ਇਸ ਵਿੱਚ ਕਾਰਬਨ ਦੀ ਮਾਤਰਾ ਜ਼ਿਆਦਾ ਹੋਵੇਗੀ ਸੋ ਇਸ ਵਿੱਚ ਕੀ ਹੋਵੇਗੀ ਜੀ ਕਾਰਬਨ ਦੀ ਮਾਤਰਾ ਜ਼ਿਆਦਾ ਹੋਵੇਗੀ 80 ਤੋਂ 95% ਕਾਰਬਨ ਹੈਗਾ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਬੈਸਟ ਕੁਆਲਿਟੀ ਦਾ ਕੋਲਾ ਤੇ ਕਾਰਬਨ ਦੀ ਮਾਤਰਾ ਜਿਹੜੀ ਜ਼ਿਆਦਾ ਹੋਵੇਗੀ 80 ਤੋਂ 95% ਜਿਹੜਾ ਕਾਰਬਨ ਇਹਦੇ ਵਿੱਚ ਜਿਹੜਾ ਹੋਵੇਗਾ ਸਭ ਤੋਂ ਜ਼ਿਆਦਾ ਜਿਹੜਾ ਕੋਲ ਆ ਜੀ ਜੰਮੂ ਕਸ਼ਮੀਰ ਦੇ ਵਿੱਚੋਂ ਜਿਹੜਾ ਕੱਢਿਆ ਜਾਂਦਾ ਸਭ ਤੋਂ ਜ਼ਿਆਦਾ ਜੇਕਰ ਕੋਲੇ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਕੱਢਿਆ ਜਾਂਦਾ ਜੀ ਐਥਰੇਸਾਈਟ ਕੋਲਾ ਨੈਕਸਟ ਆ ਗਿਆ ਜੀ ਬਿਟੂਮਸ 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 ਦੀ ਗੱਲ ਕਰੀਏ ਬਿਟੂਮਸ ਕੋਲੇ ਦੀ ਗੱਲ ਕਰੀਏ 55 ਤੋਂ 65% ਤੱਕ ਕਾਰਬਨ ਦੀ ਮਾਤਰਾ ਹੋਵੇਗੀ ਸੋ ਬਿਟੂਮਸ ਜਿਹੜਾ ਜਿਹੜਾ ਕੋਲ ਆ ਜੀ ਬਿਟੂਮਸ ਬਿਟੂਮਸ ਜਿਹੜਾ ਕੋਲਾ ਆ ਜੀ 55 ਤੋਂ 65% ਤੱਕ ਕਾਰਬਨ ਦੀ ਮਾਤਰਾ ਹੋਵੇਗੀ ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਬਿਟੂਮਸ ਟਾਈਪ ਦਾ ਜਿਹੜਾ ਕੋਲਾ ਆ ਸੀ ਕੱਢਦੇ ਆਂ ਸੋ ਬਿਟਮਸ ਟਾਈਪ ਦੀ ਆਪਾਂ ਗੱਲ ਕਰੀਏ ਕੋਲੇ ਦੀ ਬਿਟਮਸ ਟਾਈਪ ਕੋਲੇ ਦੀ ਆਪਾਂ ਗੱਲ ਕਰੀਏ 55 ਤੋਂ 65% ਤੱਕ ਕਾਰਬਨ ਦੀ ਮਾਤਰਾ ਜਿਹੜੀ ਹੋਵੇਗੀ 55 ਤੋਂ 65% ਤੱਕ ਕਾਰਬਨ ਦੀ ਮਾਤਰਾ ਹੋਵੇਗੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਬਿਟਮਸ ਟਾਈਪ ਦਾ ਜਿਹੜਾ ਕੋਲਾ ਹੈ ਉਹ ਅਸੀਂ ਕੱਢਦੇ ਹਾਂ ਭਾਰਤ ਵਿੱਚ ਸਭ ਤੋਂ ਜ਼ਿਆਦਾ ਜੇਕਰ ਕੋਲੇ ਦੀ ਆਪਾਂ ਗੱਲ ਕਰੀਏ ਤਾਂ ਬਿਟਮਸ ਟਾਈਪ ਦਾ ਜਿਹੜਾ ਕੋਲਾ ਸੀ ਕੱਢਦੇ ਹਾਂ ਨੈਕਸਟ ਆ ਗਿਆ ਜੀ ਲਿਗਨਾਈਟ ਕੋਲਾ ਸੋ ਲਿਗਨਾਈਟ ਕੋਲੇ ਦੀ ਆਪਾਂ ਗੱਲ ਕਰੀਏ ਪੂਰਾ ਕੋਲਾ ਵੀ ਅਸੀਂ ਜਿਹੜਾ ਕਹਿ ਦਿੰਨੇ ਹਾਂ ਇਸ ਨੂੰ ਜਿਹੜਾ ਲਿਗਨਾਈਟ ਲਿਗਨਾਈਟ ਕੋਲਾ ਦੀ ਆਪਾਂ ਗੱਲ ਕਰੀਏ ਲਿਗਨਾਈਟ ਲਿਗਨਾਈਟ ਕੋਲੇ ਦੀ ਆਪਾਂ ਗੱਲ ਕਰੀਏ ਪੂਰਾ ਕੋਲਾ ਵੀ ਅਸੀਂ ਕਹਿ ਦਿੰਨੇ ਹਾਂ ਇਸ ਵਿੱਚ ਕਾਰਬਨ ਦੀ ਮਾਤਰਾ 40 ਤੋਂ 45% ਹੁੰਦੀ ਹੈ ਜੀ ਲਿਗਨਾਈਟ ਦਾ ਜੋ ਕੋਲਾ ਹੁੰਦਾ ਹੈ ਨੈਕਸਟ ਹੈ ਜੀ ਪੀਟ ਕੋਲਾ ਪੀਟ ਕੋਲਾ ਜੀ ਇਸ ਵਿੱਚ ਕਾਰਬਨ ਦੀ ਮਾਤਰਾ ਜਿਹੜੀ ਉਹ ਘੱਟ ਹੁੰਦੀ ਹੈ ਸੋ ਇਸ ਤਿਹਾ ਜੀ ਆਪਣਾ ਜਿਹੜਾ ਮਿਨਰਲਸ ਨੂੰ ਲੈ ਕੇ ਟਾਪਿਕ ਅ ਕ੍ਰਿਜ ਪਦਾਰਥਾਂ ਨੂੰ ਲੈ ਕੇ ਜਿਹੜਾ ਟਾਪਿਕ ਜਿਹੜਾ ਕਿ ਆਪਾਂ ਜਿਹੜਾ ਕਵਰ ਹੈ ਜੀ ਉਹ ਕੀਤਾ ਹੈ ਜਿੰਦੇ ਵਿੱਚ ਆਪਾਂ ਜਿਹੜੀ ਹੈ ਅਲੱਗ-ਅਲੱਗ ਜਿਹੜੀ ਗੱਲ ਹੈ ਉਹ ਕੀਤੀ ਹੈ ਜੀ ਅਲੱਗ ਜਿਵੇਂ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ मीनिंग ਦੇਖਿਆ ਉਸ ਬਾਅਦ ਟਾਈਪ ਦੀ ਗੱਲ ਕੀਤੀ ਹੈ ਧਾਤੂਕ ਨਹੀਂ ਜਾਂ ਧਾਤੂਕ ਨਹੀਂ ਜਿਹੜੇ ਹੁੰਦੇ ਨੇ ਫਿਰ ਆਪਾਂ ਇੰਪੋਰਟੈਂਟ ਪੁਆਇੰਟ ਜਿਵੇਂ ਲੋਹੇ ਦੀ ਗੱਲ ਕੀਤੀ ਹੁੰਦੀਆਂ ਟਾਈਪਸ ਦੀ ਗੱਲ ਕੀਤੀ ਹੈ ਮੈਗਨੇਟਾਈਟ ਹੈਮੇਟਾਈਟ ਲਿਓਨਾਈਟ ਸਿਡਰਾਈਟ ਦੀ ਆਪਾਂ ਗੱਲ ਕੀਤੀ ਹੈ ਨਾ ਇਹ ਟਾਈਪਸ ਲੋਹੇ ਦੀ ਆਪਾਂ ਪੜੀਆਂ ਫਿਰ ਆਪਾਂ ਮੈਗਨੀਜ਼ ਦੀ ਗੱਲ ਕੀਤੀ ਆ ਫਿਰ ਬਾਕਸਾਈਟ ਦੀ ਗੱਲ ਕੀਤੀ ਆ ਫਿਰ ਕਾਪਰ ਦੀ ਗੱਲ ਕੀਤੀ ਆ 골ਡ ਦੀ ਗੱਲ ਕੀਤੀ ਆ ਸਿਲਵਰ ਦੀ ਗੱਲ ਕੀਤੀ ਆ ਮਾਇਕਾ ਅਬਰਕ ਦੀ ਗੱਲ ਕੀਤੀ ਹੈ ਡਾਇਮੰਡ ਦੀ ਗੱਲ ਕੀਤੀ ਹੈ ਤੇ ਫਿਰ ਆਪਾਂ ਕੋਲੇ ਦੀ ਗੱਲ ਕੀਤੀ ਆ ਫਿਰ ਐਥਰੇਸਾਈਟ ਕੋਲਾ ਪੜਿਆ ਆਪਾਂ ਬਿਟੂਮਸ ਕੋਲਾ ਪੜਿਆ ਆਪਾਂ ਲਿਗਨਾਈਟ ਕੋਲਾ ਪੜਿਆ ਤੇ ਪੀਟ ਕੋਲਾ ਆਪਾਂ ਪੜਿਆ ਸੋ ਇਸ ਸਿੱਖ ਜੀ ਆਪਣੀ ਜਿਹੜੀ ਵੀਡੀਓ ਸੀ ਮਿਨਰਲਸ ਦੇ ਨਾਲ ਸੰਬੰਧਤ ਤੇ ਇਹਨੂੰ ਵੀ ਆਪਾਂ ਪਲੇਲਿਸਟ ਦੇ ਵਿੱਚ ਐਡ ਕਰ ਦਿੰਨੇ ਆ ਤੇ ਇਹਦੇ ਨਾਲ ਆਪਣਾ ਮੋਸਟਲੀ ਜਿਹੜਾ ਸਲੇਵਸ ਕਵਰ ਹੈ ਬਾਕੀ ਦੇਖ ਲਾਂਗੇ ਜੇ ਹੋਰ ਵੀ ਵੀਡੀਓਜ਼ ਹੋਈਆਂ ਤਾਂ ਆਪਾਂ ਜ਼ਰੂਰ ਅਪਲੋਡ ਕਰਾਂਗੇ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਪੀਐਸਟ ਦੇ ਜੋ ਗਰੁੱਪਸ ਹੁੰਦੇ ਨੇ ਉਹਨਾਂ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ